ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ, ਸਾਡੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਆ, ਇਹਨੂੰ ਚਲਾਉਣ ਵਾਸਤੇ ਵੀ ਸਾਡੇ ਛੋਟੇ ਮੋਟੇ ਬਹੁਤ ਸਾਰੇ ਖਰਚੇ ਹੁੰਦੇ ਨੇ, ਅਤੇ ਇਹੋ ਸਾਰੇ ਖਰਚਿਆਂ ਨੂੰ ਘੱਟ ਕਰਨ ਵਾਸਤੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਐਪ ਲੈ ਕੇ ਆਇਆ ਹਾਂ, ਜਿਹਦਾ ਨਾਮ ਹੈ ਪਲੋਟੈਕਸ। ਆ ਵੀ ਪ੍ਰੈਸ ਕਰਦੀ, ਧਿਆਨ ਨਾ ਕਰੀ ਚੰਗਾ, ਸਾੜ ਨਾ ਦੇਈ, ਵੇਖ ਕਿੰਨੇ ਵੱਟ ਪਏ ਆ, ਚੱਜ ਨਾ ਕਰੀ ਚੰਗਾ, ਇੱਦਾਂ ਲੱਗਦਾ ਜਿੱਦਾਂ ਘੜੇ 'ਚੋਂ ਕੱਢੇ ਹੁੰਦੇ ਆ। ਮੰਮ ਜੀ ਕੋਟਨ ਦੇ ਆ, ਧੋਤਿਆ ਵੱਟ ਪੈ ਹੀ ਜਾਂਦੇ ਆ, ਕੋਈ ਗੱਲ ਨਹੀਂ, ਮੈਂ ਚੰਗੀ ਤਰ੍ਹਾਂ ਪ੍ਰੈਸ ਕਰ ਦਾਂਗੀ। ਚੱਲ ਠੀਕ ਆ, ਆ ਕਰਕੇ ਨਾ ਸਾਰੇ, ਅਤੇ ਮੈਨੂੰ ਚਾਹ ਬਣਾ ਦੀ ਇੱਕ ਕੱਪ। ਠੀਕ ਆ ਮੰਮ ਜੀ, ਬਣਾ ਦਿੰਦੀ ਹਾਂ। ਕੱਪੜੇ ਪ੍ਰੈਸ ਕਰਨ ਨੂੰ ਕਹਿਤਾ, ਬਸ ਉੱਥੇ ਹੀ ਚੌਂਕੜੀ ਲਾ ਕੇ ਅਤੇ ਬਹਿ ਗਈ ਆ। ਇੱਕ ਕੰਮ ਤਾਂ ਸਾਰੀ ਦਿਹਾੜੀ ਲੰਘਾ ਦਿੰਦੀ ਆ, ਇਹਨਾਂ ਨੇ ਫਟਾਫਟ ਕਰਕੇ ਹੋਰ ਵੀ ਕੋਈ ਕੰਮ ਕਰ ਲਾਂ, ਇੰਨੀ ਜਿੱਲੀ ਆ ਕਿਤੇ ਕੰਮ ਕਰਨ ਨੂੰ। ਇਹ ਚਾਹ ਦਾ ਕੱਪ ਕਿਹਾ ਸੀ, ਕਿਤੇ ਉਹ ਨਹੀਂ ਲੈ ਕੇ ਆਈ ਅਜੇ ਤੱਕ। ਆਪ ਹੀ ਜਾ ਕੇ ਵਹਿੰਦੀ ਆ, ਕੀ ਕਰਨ ਦੀ ਅਜੇ ਤੱਕ। ਦੋਸਤੋ, ਪਲੋਟੈਕਸ ਇੱਕ ਵੈਬ ਫ੍ਰੀ ਬੈਸਟ ਫੈਂਟਸੀ ਪ੍ਰੀਵੀਅਰ ਐਪ ਹੈ, ਜਿੱਥੇ ਤੁਸੀਂ ਕ੍ਰਿਕਟ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦੇ ਕੇ ਕ੍ਰਿਪਟੋ ਜਿੱਤ ਸਕਦੇ ਜੀ। ਹਾਂਜੀ, ਤੁਸੀਂ ਬਿਲਕੁਲ ਸਹੀ ਸੁਣਿਆ, T20 ਮੈਚ ਨਾਲ ਰਿਲੇਟਡ ਸਵਾਲਾਂ ਦੇ ਜਵਾਬ ਦੇ ਕੇ ਅਤੇ ਬਦਲੇ ਵਿੱਚ ਇਨਾਮ ਪਾਓ। ਤੋ ਹਾਂਜੀ ਦੋਸਤੋ, ਪਲੋਟੈਕਸ ਵਿੱਚ ਹੁਣ ਇੱਕ ਨਵਾਂ ਆਫਰ ਵੀ ਆਇਆ ਵਾ, ਜਿਹਦਾ ਨਾਮ ਹੈ ਪਲੋਟੈਕਸ ਫ੍ਰੀ ਹਿੱਟ। ਇਹਦਾ ਮਤਲਬ ਹੈ ਪਲੋਟੈਕਸ ਦੇ ਆਉਣ ਵਾਲੇ 20 ਦਿਨਾਂ ਦੇ ਵਿੱਚ $500 ਤੋਂ ਲੈ ਕੇ $50,000 ਤੱਕ ਇਨਾਮ ਵੰਡੇ ਜਾਣਗੇ, ਯਾਨੀ ਕਿ 35,000 ਤੋਂ ਲੈ ਕੇ 3.5 ਲੱਖ ਰੁਪਏ ਤੱਕ ਦੇ ਇਨਾਮ ਵੰਡੇ ਜਾਣਗੇ, ਅਤੇ ਇਹ ਸਾਰਾ ਕੁਛ ਬਿਲਕੁਲ ਗਰੰਟਿਡ ਆ। ਅਤੇ ਨਾਲ ਦੀ ਨਾਲ ਦੋਸਤੋ, ਤੁਸੀਂ ਕ੍ਰਿਪਟੋ ਨਾਲ ਰਿਲੇਟਡ ਸਵਾਲਾਂ ਦੇ ਜਵਾਬ ਦੇ ਕੇ 4 ਗੁਣਾ ਵੱਧ ਇਨਕਮ ਜਨਰੇਟ ਕਰ ਸਕਦੇ ਜੀ। ਪਲੋਟੈਕਸ ਨੂੰ ਯੂਜ਼ ਕਰਨਾ ਬਹੁਤ ਹੀ ਜ਼ਿਆਦਾ ਸਿੰਪਲ ਹੈ, ਤੁਸੀਂ ਸਿਰਫ ਪਲੋਟੈਕਸ ਨੂੰ ਡਾਊਨਲੋਡ ਕਰਨਾ, ਤਾਂ ਜਦੋਂ ਲੌਗਇਨ ਕਰਨ ਜਾਓਗੇ ਤਾਂ ਉੱਥੇ 3-4 ਆਪਸ਼ਨ ਮਿਲਣਗੇ, ਜਿੱਦਾਂ ਕਿ ਗੂਗਲ ਨਾਲ ਲੌਗਇਨ ਕਰਨਾ, ਫੇਸਬੁੱਕ ਨਾਲ ਲੌਗਇਨ ਕਰਨਾ। ਇੱਥੇ ਤੁਸੀਂ ਕਿਸੇ ਵੀ ਵੈਬ 3 ਵਾਲਟ ਨੂੰ ਯੂਜ਼ ਕਰ ਸਕਦੇ ਜੀ। ਇਸ ਤੋਂ ਬਾਅਦ ਜੇ ਤੁਸੀਂ ਕੋਈ ਵੀ ਕੰਟੈਸਟ ਜਾਂ ਫਿਰ 4 ਕਾਰਡ ਜਿੱਤਦੇ ਜੇ, ਤਾਂ ਤੁਸੀਂ ਆਪਣੀ ਵਿਨਿੰਗ ਨੂੰ ਡਾਇਰੈਕਟ ਆਪਣੇ ਵੈਬ 3 ਵਾਲਟ ਵਿੱਚ ਟ੍ਰਾਂਸਫਰ ਕਰ ਸਕਦੇ ਜੀ। ਅਤੇ ਫਿਰ ਦੇਰ ਕਿਸ ਗੱਲ ਦੀ, ਹੁਣੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਲਿੰਕ 'ਤੇ ਜਾ ਕੇ ਕਲਿੱਕ ਕਰੋ ਅਤੇ ਪਲੋਟੈਕਸ ਨੂੰ ਡਾਊਨਲੋਡ ਕਰੋ, ਅਤੇ ਤੁਸੀਂ ਵੀ ਜਿੱਤੋ ਬਹੁਤ ਹੀ ਵਧੀਆ ਰਿਵਾਰਡ। ਕ੍ਰਿਪਟੋ ਪ੍ਰੋਡਕਟ ਅਨਰੈਗੂਲੇਟਡ ਨੇ ਅਤੇ ਹਾਈਲੀ ਰਿਸਕੀ ਵੀ ਹੋ ਸਕਦੇ ਨੇ, ਅਜਿਹੇ ਲੈਣ ਦੇਣ ਤੋਂ ਕਿਸੇ ਤਰ੍ਹਾਂ ਦੇ ਨੁਕਸਾਨ ਲਈ ਕੋਈ ਰੈਗੂਲੇਟਰੀ ਰੀਕੋਰਸ ਨਹੀਂ ਹੋ ਸਕਦਾ। ਹੋਏ ਨਹੀਂ ਜੀ ਤੇਰੇ ਕੱਪੜੇ, ਉਹਨੂੰ ਲੈ ਕੇ ਬੈਠੀ ਆ। ਮੰਮ ਜੀ ਬਸ ਆਹ 2 ਕ ਰਹਿ ਗਏ ਆ, 10 ਕੁ ਮਿੰਟ ਲੱਗਣੇ ਹੋਰ। ਛੱਡ ਹੁਣ ਇਹਨਾਂ ਨੂੰ ਪਏ ਰਹਿਣ ਦੇ ਇੱਥੇ ਹੀ, ਜਾ ਚਾਹ ਬਣਾ ਦੇ ਮੈਨੂੰ ਘੁੱਟ, ਸਿਰ ਫਟਣ ਡਿਆ ਮੇਰਾ, ਕਦੋਂ ਦਾ ਕਿਹਾ ਤੈਨੂੰ ਮੈਂ। ਠੀਕ, ਬਣਾ ਦਿੰਦੀ ਮੈਂ। ਕੁੜੀਏ ਮਿੱਠਾ ਘੱਟ ਰੱਖੀ, ਪੱਤੀ ਵੀ ਘੱਟ ਰੱਖੀ। ਠੀਕ ਆ ਮੰਮੀ ਜੀ। ਪਰੇ ਹੋ, ਮੈਂ ਆਪੇ ਬਣਾ ਲੈਂਦੀ ਹਾਂ, ਚਾਹ ਘੁੱਟ ਮੰਗੀ ਉਹ ਵੀ ਨਹੀਂ ਬਣਦੀ ਕਿਤੇ ਇਹਦੇ ਕੋਲ। ਜਾ ਫੋਨ ਵੇਖ ਕਿਹਦਾ ਆਇਆ ਵਾ। ਕਿਹਦਾ ਫੋਨ ਆ? ਦੀਦੀ ਦਾ ਫੋਨ ਸੀ। ਆ ਲੈ ਪਾ ਕੇ ਤੇ ਲਿਆ ਦੇ ਮੈਨੂੰ ਚਾਹ ਬਣਾ ਕੇ, ਮੈਂ ਫੋਨ ਸੁਣਨਾ। ਠੀਕ। ਹੈਲੋ, ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਪੁੱਤ। ਹੋਰ ਮੰਮੀ ਕਿਵੇਂ ਆ? ਠੀਕ ਠਾਕ ਹਾਲ, ਵਧੀਆ। ਤੂੰ ਸੁਣਾ ਤੇਰਾ ਕਿੱਦਾਂ ਵਾ? ਬਸ ਵਧੀਆ। ਕਰ ਲਏ ਕੰਮ ਕਾਰ ਘਰ ਦੇ? ਹਾਂਜੀ ਮੰਮੀ। ਚੱਲ ਵਧੀਆ, ਮਾਰ ਜੀ ਕਿਤੇ ਇੱਧਰ ਨੂੰ ਵੀ ਗੇੜਾ। ਕੋਈ ਨਾ ਮੰਮੀ, ਆਵਾਂਗੀ ਕੁਝ ਕੁ ਦਿਨਾਂ ਨੂੰ, ਨਾਲੇ ਸੁਖਬਾਜ ਆ ਜਾਏਗਾ। ਚੱਲ ਠੀਕ ਆ, ਫਿਰ ਐਤਵਾਰ ਨੂੰ ਆ ਜਾਈ, ਫਿਰ ਨਾਲ 2-4 ਦਿਨ ਰਹਿ ਕੇ ਜਾਈ। ਹਾਂ ਹਾਂ ਜ਼ਰੂਰ। ਹੋਰ ਮੰਮੀ ਭਾਬੀ ਕੀ ਕਰਦੀ? ਭਾਬੀ ਨੇ ਕਿਹੜੀ ਕਮਾਈ ਕਰਨੀ ਆ, ਚਾਹ ਘੁੱਟ ਕਿਹਾ ਸੀ ਬਣਾ ਦੇ,
ਉਹ ਵੀ ਨਹੀਂ ਉਹਦੇ ਕੋਲ ਬਣੀ ਉਹ ਤੇ ਮੈਂ ਆਪ ਰੱਖ ਕੇ ਆਈ ਹੁਣ ਉੱਤੇ ਲੈ ਦੱਸ ਭਾਬੀ ਨੂੰ ਕੀ ਹੋਇਆ ਸੀ ਚਾਹ ਬਣਾਉਂਦੀ ਨੂੰ ਤੈਨੂੰ ਪਤਾ ਤਾਂ ਹੈਗਾ ਵਾ ਇਦਾਂ ਦੇ ਹੀ ਕੰਮ ਉਹਦੇ ਚੱਲ ਛੱਡ ਉਹਦਾ ਤੂੰ ਆਪਣੀ ਸੱਸ ਦਾ ਸੁਣਾ ਕਿੱਦਾਂ ਵਾ ਮੇਰੀ ਸੱਸ ਤਾਂ ਵਧੀਆ ਮੰਮੀ ਚੱਲ ਵਧੀਆ ਹੀ ਚਾਹੀਦੀ ਆ ਚੱਲ ਹੁਣ ਰੱਖ ਫੋਨ ਤੂੰ ਮੈਂ ਬਾਅਦ 'ਚ ਗੱਲ ਕਰੂੰਗੀ ਤੇਰੇ ਨਾਲ ਸ਼ਾਮ ਨੂੰ ਫਿਰ ਚੱਲ ਠੀਕ ਆ ਚੰਗਾ ਹਾਲੋ ਮੰਮੀ ਜੀ ਚਾਹ ਪੀ ਲਓ ਇੰਨਾ ਟਾਈਮ ਚਾਹ ਨੂੰ ਬਣੀ ਤਾਂ ਪਈ ਸੀ ਪਾ ਕੇ ਲਿਆਉਣੀ ਸੀ ਭਾਂਡੇ ਪਏ ਕੇ ਦੋ ਕੋ ਮਾਂਜਣ ਲੱਗ ਗਈ ਸੀ ਚੱਲ ਜਾ ਅੰਦਰ ਕੱਪੜੇ ਰੱਖੇ ਮੈਂ ਧੋਣ ਵਾਲੇ ਉਹ ਧੋਲਾ ਠੀਕ ਨਾਲ ਜਿਹੜੇ ਪ੍ਰੈਸ ਕਰਨ ਵਾਲੇ ਪਏ ਨਾ ਉਹ ਵੀ ਪ੍ਰੈਸ ਕਰ ਦੀ ਲਾਈਟ ਦਾ ਨਹੀਂ ਪਤਾ ਫਿਰ ਠੀਕ ਮੈਂ ਕਰ ਦਿੰਦੀ ਪ੍ਰੈਸ ਕਿਹੜੇ ਵੇਲੇ ਚੱਲ ਜਾਂਦੀ ਆ ਆ ਗਿਆ ਪੁੱਤ ਆ ਗਿਆ ਮੰਮੀ ਹਾਂ ਕਰ ਆਇਆ ਕੰਮ ਨਿਬੇੜਾ ਆ ਕੰਮ ਕੀ ਕਰਨਾ ਮੈਂ ਖਾਲਾ ਖੁਲਾ ਘੜਨ ਡਿਆ ਸੀਗਾ ਗਰਮੀ ਇੰਨੀ ਆ ਬੁਰੀ ਹਾਲਤ ਹੋ ਗਈ ਗਰਮੀ ਨਾਲ ਤੇ ਗਰਮੀ ਤੇ ਆਈ ਆ ਪੁੱਤ ਕੰਮ ਤੇ ਹੁਣ ਕਰਨਾ ਹੀ ਪੈਣਾ ਵਾ ਨਾ ਹੋਰ ਕੀ ਸੰਦੀਪ ਪਾਣੀ ਲਿਆਈ ਇੱਕ ਗਲਾਸ ਇਹ ਵੀ ਲਾਏ ਤੋਂ ਬਿਨਾਂ ਨਹੀਂ ਨਾ ਸਰਨਾ ਲਾਉਣਾ ਪੈਣਾ ਟਾਈਮ ਨਾਲ ਹੋਰ ਝੋਨਾ ਪਤਾ ਨਹੀਂ ਅੱਜ ਕਿੱਦਾਂ ਲੱਗਣਾ ਆ ਚੱਲ ਕੋਈ ਨਹੀਂ ਲੱਗ ਜੂਗਾ ਲਿਆ ਫੜਾ ਲੱਗ ਹੀ ਜਾਣਾ ਵਾ ਚੱਲ ਹੁਣ ਤੂੰ ਘੜੀ ਨਾ ਰਮਾਨ ਕਰ ਲਾ ਫਿਰ ਰੋਟੀ ਗਰਮ ਗਰਮ ਰਹਿਣ ਦੇ ਤੂੰ ਜਿਦਾਂ ਦੀ ਜੇ ਬਣੀ ਪਈ ਆ ਤੇ ਉਹ ਦੇ ਠੰਡੀ ਫਿਰ ਮੈਂ ਜਾਵਾਂ ਨਾਲ ਹੀ ਚਾਹ ਘੁੱਟ ਬਣਾ ਦੀ ਫਿਰ ਉਹਨੇ ਜਾਣਾ ਵਾ ਚੱਲ ਬਣਾ ਦੇ ਫਿਰ ਮੰਮੀ ਸੱਚ ਮੈਂ ਬੈਂਕ ਚੋਂ 50,000 ਰੁਪਈਆ ਕਢਾ ਕੇ ਲਿਆਇਆ ਸੀ ਇਹ ਠੇਕਾ ਭਰਨਾ ਆ ਅਤੇ ਘਰ ਦੇ ਖਰਚਿਆਂ 'ਚ ਨਾ ਕਿਤੇ ਖਾਊਂ ਖਰਾਬੂ ਕਰ ਦਿਓ ਮੈਂ ਬਹੁਤ ਕਿਤੇ ਖਰਚਦੀ ਹਾਂ ਮੈਂ ਤਾਂ ਵਾਧੂ ਪੈਸਾ ਖਰਚਦੀ ਨਹੀਂ ਹਾਂ ਤੇਰੇ ਘਰ ਵਾਲੀ ਦੇ ਸੂਟ ਨਹੀਂ ਸੀ ਉੱਤਰ ਆਉਂਦੇ ਉਹ ਤਾਂ ਸੂਟ ਹੀ ਖਰੀਦਦੀ ਰਹਿੰਦੀ ਹੈ ਬਸ ਚਲੋ ਕੋਈ ਗੱਲ ਨਹੀਂ ਉਹਨੂੰ ਵੀ ਮੈਂ ਕਹਿ ਦੂੰਗਾ ਚੱਲ ਰੋਟੀ ਵੀ ਆ ਗਈ ਲੱਸੀ ਨਹੀਂ ਹੈਗੀ ਨਾਲ ਲੱਸੀ ਲਿਆ ਦੇ ਮਾੜੀ ਜੀ ਇਹਦਾ ਆਪਣਾ ਤਾਂ ਦਿਮਾਗ ਕੰਮ ਨਹੀਂ ਕਰਦਾ ਵੀ ਰੋਟੀ ਸੁੱਕੀ ਲਿਆ ਕੇ ਫੜਾ ਤੀ ਉਹਦਾ ਨਾਲ ਲੱਸੀ ਦੇ ਦਾਂ ਮੈਂ ਧੁੱਪੋਂ ਆਇਆ ਵਾ ਮੰਮੀ ਜੀ ਤੁਸੀਂ ਬਸ ਕਰੋ ਹੁਣ ਤੁਹਾਡਾ ਤਾਂ 9-7 ਦਿਨ ਸਾਰੀ ਦਿਹਾੜੀ ਇਹੋ ਕੰਮ ਚੱਲਦਾ ਰਹਿੰਦਾ ਵਾ ਤੇ ਕੰਮ ਹੀ ਨਹੀਂ ਸਹੀ ਉਹਦੇ ਤੇ ਫਿਰ ਮੈਂ ਕੀ ਕਰਨਾ ਵਾ ਹੋਰ ਰੋਟੀ ਤੇ ਬੁਰਗੀ ਖਾ ਲੈਂਦਾ ਹੁਣ ਮੈਨੂੰ ਕਿਤੇ ਬਹਿ ਗਈ ਹੁਣ ਜਾ ਉਹਨੂੰ ਚਾਹ ਘੁੱਟ ਬਣਾ ਕੇ ਲਿਆ ਦੇ ਜਾਣਾ ਉਹਨੇ ਫਿਰ ਪਾਣੀ ਲਾ ਕੇ ਆਇਆ ਉੱਥੇ ਪਨੀਰੀ ਨੂੰ ਬਣਾ ਦਿੰਦੀ ਮੰਮੀ ਜੀ ਜਾਲੇ ਵੇਖ ਕਿੱਦਾਂ ਲੱਗੇ ਜੀ ਇਹਨੇ ਆਪਣੇ ਆਪ 'ਤੇ ਕੋਈ ਕੰਮ ਵੇਖਣਾ ਨਹੀਂ ਨਾ ਚਾਹ ਬਣਾ ਕੇ ਆਉਂਦੀ ਤੈਨੂੰ ਕਹਿੰਦੀ ਜਾਲੇ ਲਾ ਆਏ ਗਏ ਵਾਲਾ ਘਰ ਵਾ ਸਾਡਾ ਕੀ ਆਖੂਗਾ ਕੋਈ ਆਊਗਾ ਤੇ ਉੱਤੋਂ ਕੁੜੀ ਨੇ ਆਉਣਾ ਵਾ ਕੱਲ੍ਹ ਪਰਸੋਂ ਨੂੰ ਭੈਣ ਨੇ ਆਉਣਾ ਵਾ ਆਹੋ ਉਹਦਾ ਫੋਨ ਆਇਆ ਸੀ ਉਹਦਾ ਕਹਿੰਦੀ ਸੀ ਆਊਂਗੀ ਅਤੇ ਕੀ ਸੋਚੂਗੀ ਭਾਬੀ ਕੰਮ ਹੀ ਨਹੀਂ ਕਰਦੀ ਕੋਈ ਚਲੋ ਕੋਈ ਗੱਲ ਨਹੀਂ ਵਧੀਆ ਗੱਲ ਉਹਨੇ ਆਉਣਾ ਆ ਕੋਈ ਨਹੀਂ ਲਾ ਦਾਂਗੇ ਜਾਲੇ ਵੀ ਮੈਂ ਕਰਾ ਦੂੰਗਾ ਨਾਲ ਤੇ ਮੈਂ ਰੋਟੀ ਖਾ ਕੇ ਤੇ ਮਾੜਾ ਜਿਹਾ ਆਰਾਮ ਕਰ ਲਾਂ ਫਿਰ 15-20 ਮਿੰਟ ਮੁੜ ਕੇ ਫਿਰ ਮੈਂ ਜਾਣਾ ਆ ਆਹੋ ਕਰ ਲਾ ਫਿਰ ਜੇ ਠੰਡਾ ਹੋਊ ਚੱਲ ਜੀ ਆਹੋ ਚਲੋ ਠੀਕ ਆ
ਚਾਹ ਮੈਂ ਉੱਧਰ ਪੀ ਲੈਂਦਾ ਫਿਰ। ਠੀਕ ਆ। हेलो चाह पी लो। रख दे यार मैं पी लेना कोई नहीं। चलो ठीक पी लो फिर। ठीक है मैं मम्मी ने दे आवा चाह। हेलो मम्मी जी चाह। पहले उधर मुंडे ने फड़ा आनी ही। मैं उधर ही दे गई मम्मी जी पहले। अजे तक सुते है। उठ जाओ ते चाय नहीं पीती अजे तक। कोई मक्खी पै जूगी बिच। ओहो ले फड़ा। हलो कदों दी रख के गई मैं। मैं उदो क्या ही चाह पी लियो। अपने नमन नूं छुट्टियां कदों पैणियां? हफ्ते दे लास्ट विच पै जानियां। अच्छा अच्छा आहो गर्मी भी बड़ी हो गई है ते। हां जी न्याणे भी की करन बेचारे। आने वाला वैसे हो गया उहदा वी टाइम। चल मैं तो जाना चाह पी के ते फिर तू लै आई। ठीक है मैं भी चाह वेखा अपनी लै आनी इत्थे ही। हाँ लै आ। आ गए तुसी? बोल जी आ गए हैं। सिमी पानी लिया बाहर तो गर्मी बहुत आ। लिया के दिनी पानी लिया। मैं ना गल करनी मैं ना थोड़े क दिन पेके जाना सी ते नाले कुछ क दिन रह के ना तुसी घरे हैंडल कर लोगे सारा? हाँ हाँ तू जा कोई गल नहीं मैं सांभ लांगा सारा कुछ। तू टेंशन ना ले काम कर दी बेफिक्री होके जा। नाले तुसी ना कोई जॉब जूब लभ लो सारा दिन पबजी देख के तो टाइम लंघना नहीं नाले हुण विआह होया अपना भी इदा किन्ना क चिर सरूगा। यार तैनूं पता तो हैगा मैं किन्ने थां मत्था मारदा फिरदा कोशिश करन दिया हूँ नहीं मिलता मेरा की कसूर आ। ठीक है बाकी नौकरी तो छड़ दो नौकरी तो पंजाब च मिलती नहीं है बथेरा जोर धक्के खा खू देख ले हूँ की करा मैं भी। देख जो तू किते ना किते करके जिद्दां मर्जी जॉब लभ ला वह भी सानू वेलियां नू किन्नी क देर रोटी खवाई जाणगे नाले मम्मी दी पेंशन ते किन्ना क चिर गुजारा करांगे तू आप ही सोच के वेख। हाँ चल कोई नहीं कल मैं जाना शहर फिर करदा पता जा के काम दा बाकी तू टेंशन ना लै मैं ट्राई करदा रहना। चलो ठीक है कर लियो पता तो हूँ फिर मैं रोटी का कर ला। अच्छा आज ही आने लगी हैं? चल आ जा फिर सारे जने घरे ही है। अच्छा चल ठीक है फिर। संदीप संदीप। हाँ जी मम्मी जी। सिमी दा ना फोन आया वा। अच्छा। आने लगी हो अज तो मुंडा कितने है? ओ अंदर ही बैठे ने। अच्छा उन्हें कह फिर चाह ना कुछ लियाए नाल सब्जी ले आवे ते नाल रस मलाई ले आवे उन्हें बड़ी पसंद आ सिमी नू। ठीक है मम्मी जी मैं कह दिनी है थोड़ा तो नहीं कुछ मंगाना? नहीं होर नहीं कुछ मंगाना दुध थोड़ा वध रख ली अज न्याणे ने भी पीना फिर। ठीक है रख दांगी। Thank you.